जय मसीदी सारे आइए आज का वचन करने हैं शुरू पहला सैम्यूल सत्रह अध्याय और उदा वचन मैं पढ़ूँगा जब दाविद की बात की चिन्ह हुई तब शौल को भी सुनाई गई और उसने उसे बुला भेजा तब दाविद ने शौल से कहा किसी मनुष्य का मन उसके कारण कच्चा ना हो तेरा दास जाकर उस पलस्थी से फलस्ती से लड़ेगा पड़े गए वचन थे प्रभु आशीष करे और हार ना गाल करे आइए ही प्रार्थना करने हैं प्यारे प्रभु जी धन्यवाद स्तुति और बड़ाई के साथ आपके चरणों में आके झुक जाके धर्ण प्रणाम करते हैं समय दिया है धन्यवाद देता हूँ प्रभु जी दया करके सहायता और मदद करे प्रभु जी आपके वचन से हमसे बात करें हमारी कमी घटियों को प्रभु जी आप पूरा करें सौ गुना फल लाने के लिए सहायता और मदद करें प्रभु जी प्रभु जी प्रार्थना मांगता हूँ प्रभु जी मैं भी खड़ा हुआ हूँ प्रभु जी मुझ पे भी अनुग्रह करें अपनी पवित्र आत्मा से भरे अपनी बुद्धि और ज्ञान के साथ में पवित्र आत्मा से भर के बोलने के लिए सहायता और मदद करे हमारी प्रार्थना विनती को प्रभु मसीह के नाम से मांगता हूँ आमीन पहला सैमिल सत्रह अध्याय और उदा कत्ती वचन मैं पढ़या हुआ कत्ती और बत्ती आई आज कत्ती तो लाके चाली तक ਧਿਆਨ ਕਰਨ ਵਾਲੇ ਹੈਗੇ ਮੇਰੇ ਕੋ ਸਮੇਂ ਔਰ ਟਾਈਮ ਬਹੁਤ ਹੀ ਘਾਟ ਹੀ ਇਸ ਕਰਕੇ ਮੈਂ ਵਚਨ ਨੂੰ ਇੱਕ ਦੋ ਵਚਨ ਹੀ ਪੜ੍ਹਾਵਾ ਤੁਸੀਂ ਪੂਰਾ ਅਧਿਆਇ ਵੀ ਪੜ੍ਹ ਸਕਦੇ ਜੇ ਆਹੀ ਵੇਖਣ ਦੇ ਹਾਂ 다ਵਿੱਦ ਵੱਲ 다ਵਿੱਦ ਦੇ ਰਾਜਾ ਕਿਤਰਾ ਬਣਿਆ ਹੈ 다ਵਿੱਦ ਦੇ ਬਾਰੇ ਵਿੱਚ ਹੀ ਧਿਆਨ ਕਰਨ ਦੇ ਹਾਂ ਪਰਮੇਸ਼ਵਰ ਨੇ 다ਵਿੱਦ ਨੂੰ ਚੁਣਿਆ ਔਰ ਉਹਦਾ ਅਭਿਸ਼ੇਕ ਕੀਤਾ ਔਰ ਪਰਮੇਸ਼ਵਰ ਨੇ ਉਨੂੰ ਪਰਮੇਸ਼ਵਰ ਉਨੂੰ ਉਹ ਰਾਤੇ ਲੈ ਕੇ ਗਏ ਜਿੱਤੇ ਉਹਨੂੰ ਨਹੀਂ ਹੀ ਪਤਾ ਪਰ ਪਰਮੇਸ਼ਵਰ ਜਦੋਂ ਕਿਸ ਨੂੰ ਚੁੰਦਾ ਵਗਾ ਉਹਦੇ ਰਾਹ ਵੀ ਪਰਮੇਸ਼ਵਰੀ ਚੁੰਦਾ ਵਗਾ ਉਹਨੇ ਜਿੰਨੂੰ ਪਰਮੇਸ਼ਵਰ ਨੇ ਚੁਣਿਆ ਮਾ ਉਹਨੇ ਆਖਿਰ ਵਿੱਚ ਕਿੱਥੇ ਜਾਣਾ ਵਾ ਉਹ ਵੀ ਪਰਮੇਸ਼ਵਰੀ طے ਕਰਦਾ ਵਾ ਜਦੋਂ ਪਰਮੇਸ਼ਵਰ ਕਿਸ ਨੂੰ ਚੁਣ ਲੈਂਦਾ ਵਗਾ ਜੇ ਉਹ ਇਨਸਾਨ ਇੱਥੇ ਥੱਲੇ ਵੀ ਹੋਏ ਤਾਂ ਪਰਮੇਸ਼ਵਰ ਉਹਨੂੰ ਉੱਤੇ ਤੱਕ ਜਬ ਤੱਕ ਉਹ ਉੱਤੇ ਪਹੁੰਚਦਾ ਨਹੀਂ ਆ ਤਬ ਤੱਕ ਪਰਮੇਸ਼ਵਰ ਉਹਦੇ ਨਾਲ ਰੰਦਾ ਵਾ ਪਰਮੇਸ਼ਵਰ ਨੇ ਦਾਵਿੱਦ ਨੂੰ ਵੀ ਚੁਣਿਆ ਹੈਗਾ ਸਾਮੀਅਲ ਭਵਿਸ਼ਵਕਤਾ ਤੇ ਦੁਆਰਾ ਉਹਦਾ ਅਭਿਸ਼ੇਕ ਵੀ ਕਰਾਇਆ ਹੈਗਾ ਔਰ ਉਹ ਨੂੰ ਹੋਣ ਇਜ਼ਰਾਈਲ ਦਾ ਹੋਣ ਵਾਲਾ ਰਾਜਾ ਵੀ ਹੀ ਦਾਵਿੱਦ ਹੀਗਾ ਪਰ ਚਰਵਾਹਾ ਪਰ ਦਾਵਿੱਦ ਤੇ ਇੱਕ ਪੇਡਾਂ ਦਾ ਚਰਵਾਹਾ ਹੈਗਾ ਪਲਪ ਚਰਵਾਹਾ ਰਾਜਾ ਕੀ ਤਰ੍ਹਾਂ ਬਣ ਗਿਆ ਔਰ ਪਰਮੇਸ਼ਵਰ ਨੇ ਉਹਨੂੰ ਕਿਤਰਾ ਰਾਜਾ ਬਣਾਇਆ ਇਹੋ ਉਹਦੇ ਬਾਰੇ ਵਿੱਚ ਹੀ ਧਿਆਨ ਕਰਨ ਦੇ ਅਗੇ ਉਹ ਪੈਣ ਔਰ ਦਾਵਿੱਦ ਜਿਹੜਾ ਹੈਗਾ ਇੱਕ ਛੋਟਾ ਜਿਹਾ ਚਰਵਾਹਾ ਹੈਗਾ ਜਿਹੜਾ ਆਪਣੇ ਪੇਡਾਂ ਦੀ ਰਖਵਾਲੀ ਕਰਦਾ ਹੈਗਾ ਔਰ ਪਰਮੇਸ਼ਵਰ ਦੀ ਮਹਿਮਾ ਕਰਦਾ ਹੈ ਔਰ ਪਰਮੇਸ਼ਵਰ ਦੇ ਭਜਨ ਗਾਉਂਦਾ ਹੈਗਾ ਪਰ ਇੱਕ ਦਿਨ ਇਹੋ ਜਿਹਾ ਦਿਨ ਆ ਕਿ ਉਹਨੂੰ ਪਲਸਤੀਆਂ ਨੇ ਆ ਕੇ ਇਜ਼ਰਾਈਲੀਆਂ ਨੂੰ ਫਿਰ ਤੋਂ ਇੱਕ ਵਾਰੀ ਯੁੱਧ ਸ਼ੁਰੂ ਹੋ ਗਿਆ ਯੁੱਧ ਵਾਹਤੀ ਤਿਆਰ ਹੋ ਗਏ ਪਲਸਤੀ ਔਰ ਇਜ਼ਰਾਈਲੀ ਆਮਣੇ ਸਾਹਮਣੇ 40 ਦਿਨ ਤੱਕ ਖਲੋਤੇ ਰਹੇ ਪਰ ਕੋਈ ਵੀ ਯੁੱਧ ਕਰਨ ਵਾਹਤੀ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਉਹਨਾਂ ਦੇ ਪਲੈਸਤੀਨ ਦੇ ਵਿੱਚ ਜਿਹੜਾ ਸ਼ਤਰੂ ਹੀਗਾ ਉਹਨਾਂ ਦੇ ਵਿੱਚ ਇੱਕ ਬੜਾਈ ਤਗੜਾ ਨੌਜਵਾਨ ਹੀ ਜਿਹੜਾ ਕਿ ਬੜਾਈ ਤਾਕਤਵਰ ਹੀਗਾ ਲੰਮਾ ਚੌੜਾ ਹੀਗਾ ਉਹਦਾ ਨਾਂ ਹੀ ਗੋਲੀਆਥ ਉਹ ਹਰ ਇਨਸਾਨ ਤੋਂ ਡਬਲ ਹੀਗਾ ਔਰ ਉਹ ਵੀਰ ਯੋद्धा ਹੀਗਾ ਔਰ ਉਹਦੇ ਵਲ ਵੇਖ ਕੇ ਸਾਰੇ ਇਜ਼ਰਾਈਲੀ ਜਿਹੜੇ ਹੀਗੇ ਡਰ ਗਏ ਹੀਗੇ ਔਰ ਸਾਰੇ ਇਜ਼ਰਾਈਲੀਅਨ ਨੂੰ ਉਹ ਐਂਦਾ ਹੀਗਾ ਜਿਹੜਾ ਕੋਈ ਮੇਰਨਾ ਆ ਕੇ ਲੜੂਗਾ ਜੇ ਮੈਂ ਹਾਰ ਜਾਊਂਗਾ ਤੇ ਮੈਂ ਉਹਨਾਂ ਦਾ ਗੁਲਾਮ ਬਣ ਜਾਊਂਗਾ ਜੇ ਤੂੰ ਹੀ ਹਾਰ ਜਾਉਗੇ ਤਾਂ ਤੂੰ ਹੀ ਮੇਰੇ ਗੁਲਾਮ ਬਣ ਜਾਉਂ ਜੋਦੋ ਇਹ ਗੱਲਾਂ ਨੂੰ ਜਦੋਂ ਇਹ ਗੱਲਾਂ ਨੂੰ ਦਾਵਿੱਦ ਨੇ ਸੁਣਿਆ ਤੇ ਦਾਵਿੱਦ ਨੇ ਆਖਿਆ ਕਿ ਮੈਂ ਜਾ ਕੇ ਲੜੂੰਗਾ ਮੈਂ ਜਾ ਕੇ ਉਹਨਾਂ ਯੁੱਧ ਕਰੂੰਗਾ ਉਹ ਪਲਾ ਗੋਲੀਆਥ ਜਿਹੜਾ ਅਨਿਜ ਜਾਤੀ ਦਾ ਵਗਾ ਉਹ ਪਲਾ ਹੜਾ ਕੀ ਕਰ ਸਕਦਾ ਵਾ ਖਤਨਾ ਰਹਿਤ ਗੋਲੀਆਥ ਉਹ ਮੇਰਾ ਕੁਛ ਵੀ ਵਿਗਾੜ ਨਹੀਂ ਸਕਦਾ ਕਿਉਂਕਿ ਪਰਮੇਸ਼ਵਰ ਜੀਵਿਤ ਪਰਮੇਸ਼ਵਰ ਜਿਹੜਾ ਵਾ ਉਹ ਤੇਹਾਡੇ ਨਾਲ ਆਗਾ ਜਿਨੇ ਇਜ਼ਰਾਈਲੀਆਂ ਨੂੰ ਇਨੇ ਸਾਲ ਤੱਕ ਸੰਭਾਲ ਸੰਭਾਲਿਆ ਔਰ ਚਲਾਇਆ ਉਹ ਪਰਮੇਸ਼ਵਰੀ ਮੇਰਾ ਪਰਮੇਸ਼ਵਰ ਆ ਇਸ ਕਰਕੇ ਮੈਂ ਗੋਲੀਅਦ ਦੇ ਨਾਲ ਲੜੂੰਗਾ ਕਰਕੇ ਉਹਨੇ ਫੈਸਲਾ ਕੀਤਾ ਉਹ ਪੈਨੋ ਪਰ ਜਦੋਂ ਦਾਵਿੱਦ ਗੋਲੀਅਦ ਦੇ ਨਾਲ ਆਂਦਾ ਹੀ ਕਿ ਮੈਂ ਲੜੂੰਗਾ ਉਦੋਂ ਦੀ ਉਮਰ ਹੀ 13 ਜਾਂ 14 ਸਾਲ ਦੀ ਉਮਰ ਦਾ ਹੋਗਾ ਉਹ ਪੈਨਰ ਪ੍ਰੋ ਸਾਰਿਆਂ ਨੂੰ ਇੱਕ ਗੱਲ ਦੀ ਚਰਚਾ ਜਿਹੜੀ ਹੀ ਸਾਰੇ ਇਜ਼ਰਾਈਲੀਆਂ ਦੇ ਵਿੱਚ ਫੈਲ ਗਈ ਔਰ ਸਾਰੇ ਸੈਨਿਕਾਂ ਨੂੰ ਵੀ ਪਤਾ ਲੱਗ ਗਿਆ ਕਿ ਇੱਕ ਛੋਟਾ ਜਿਹਾ ਬੱਚਾ ਵਗਾ 13 ਔਰ 14 ਸਾਲ ਦਾ ਹੀ ਸਿਰਫ ਉਹ ਆਂਦਾ ਵਾ ਕਿ ਮੈਂ ਜਾ ਕੇ ਗੋਲੀਆਥ ਦੇ ਨਾਲ ਲੜੂੰਗਾ ਕਰਕੇ ਜਦੋਂ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਗਈ ਤੇ ਸਾਰੇ ਜਣੇ ਸਕੇ ਨੇ ਜਾ ਕੇ ਸ਼ਾਉਲ ਰਾਜੇ ਨੂੰ ਵੀ ਦੱਸਤਾ ਕਿ ਇੱਕ ਛੋਟਾ ਜਿਹਾ ਬੱਚਾ ਵਾ ਜਿਹੜਾ ਕਹਿੰਦਾ ਵਗਾ ਕਿ ਮੈਂ ਜਾ ਕੇ ਗੋਲੀਆਥ ਦੇ ਨਾਲ ਲੜੂੰਗਾ ਉਹ ਪੈਨੋਰ ਪ੍ਰੋ ਜਦੋਂ ਸ਼ਾਉਲ ਰਾਜਾ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਇੱਕ ਛੋਟਾ ਜਿਹਾ ਬੱਚਾ 다ਵਿੱਦ ਜਿਹੜਾ ਵਾ ਗੋਲੀਆਥ ਦੇ ਨਾਲ ਆਂਦਾ ਵਾ ਕਿ ਮੈਂ ਲੜੂੰਗਾ ਤੇ ਸ਼ਾਉਲ ਰਾਜੇ ਨੇ ਉਹਨੂੰ ਆਖਿਆ ਕਿ ਉਹ ਮੁੰਡੇ ਨੂੰ ਮੇਰੇ ਕੋਲ ਲੈ ਕੇ ਆਓ ਫਿਰ ਦਾਵਿੱਦ ਨੂੰ ਸ਼ਾਉਲ ਰਾਜੇ ਦੇ ਸਾਹਮਣੇ ਖੜਾ ਕੀਤਾ ਔਰ ਸ਼ਾਉਲ ਰਾਜਾ ਦੇ ਸਾਹਮਣੇ ਜਦੋਂ ਦਾਵਿੱਦ ਖੜਾ ਹੋਇਆ ਉਹ ਆਂਦਾ ਮੇਰੇ ਰਾਜਾ ਮੈਂ ਗੋਲੀਅੱਦ ਦੇ ਨਾਲ ਜਾ ਕੇ ਲੜੂੰਗਾ ਤਨ ਨੂੰ ਕਿਹਨੂੰ ਵੀ ਇਜ਼ਰਾਈਲੀਆਂ ਨੂੰ ਡਰਨ ਦੀ ਲੋੜ ਨਹੀਂ ਆਗੀ ਕਿਉਂਕਿ ਪਰਮੇਸ਼ਵਰ ਸਾਡੇ ਨਾਲ ਆਗਾ ਪਲਾਓ ਖਤਨਾ ਰਹਿਤ ਔ ਪਲਸਤੀ ਹੱਡਾ ਕੀ ਵਿਗਾੜ ਸਕਦਾ ਵਾ ਪਰਮੇਸ਼ਵਰ ਤੇਹਾਡੇ ਨਾਲ ਆ ਕੋਈ ਵੀ ਇਜ਼ਰਾਈਲੀਆ ਨੂੰ ਡੜੰਦੀ ਲੋਡਨੀਆ ਮੈਂ ਜਾ ਕੇ ਉਹਦੇ ਨਾਲ ਲੜੂੰਗਾ ਕਰਕੇ ਸ਼ਾਉਲ ਰਾਜੇ ਨੂੰ ਦਾਵਿਦ ਆਂਦਾ ਔਰ ਸ਼ਾਉਲ ਰਾਜਾ ਖੜਾ ਹੋ ਕੇ ਉਹਨੂੰ ਆਂਦਾ ਦਾਵਿਦ ਰਾਜੇ ਨੂੰ ਆਂਦਾ ਦਾਵਿਦ ਨੂੰ ਆਂਦਾ ਕਿ ਦਾਵਿਦ ਦਾਵਿਦ ਉਹ ਚੋਟਾ ਜਿਹਾ ਬੱਚਾ ਹੈਗਾ ਉਨੋਂ ਆਂਦਾ ਸ਼ੌਲ ਟਕੇ ਆਂਦਾ ਕਿ ਬੱਚਾ ਬੇਟਾ ਤੂੰ ਜਲਦਬਾਜੀ ਨਾ ਕਰ ਕਿਉਂਕਿ ਜਿਹੜਾ ਗੋਲੀਆਤ ਜਿਹੜਾ ਲੜਨ ਵਾਸਤੇ ਅੱਗੋਂ ਸ਼ਤਰੂ ਜਿਹੜਾ ਗੋਲੀਆਤ ਜਿਹੜਾ ਹਨ ਤਮਕੀ ਦੇਣ ਡਿਆ ਵਾ ਉਹਦਣਾ ਕੋਈ ਵੀ ਲੜਨ ਨਹੀਂ ਸਕਦਾ ਇਜ਼ਰਾਈਲੀਆਂ ਦੇ ਵਿੱਚ ਕਈ ਵੀਰ ਯੋद्धा ਵਗੇ ਕਈ ਲੜਾਈਆਂ ਉਹਨੇ ਲੜ ਲੀਆਂ ਵਗੀਆਂ ਪਰ ਕੋਈ ਵੀ ਉਹਦੇ ਸਾਹਮਣੇ ਜਾਣ ਦਾ ਸਹਾਸ ਨਹੀਂ ਕਰਨ ਡਿਆ ਕਿਉਂਕਿ ਉਹ ਵੀਰ ਯੋਧਾ ਵਾ ਉਹ ਬਚਪਨ ਤੋਂ ਹੀ ਲੜਾਈਆਂ ਲੜਦਾ ਆਇਆ ਵਾ ਕਈ ਯੁੱਧ ਜਿਹੜੇ ਆ ਉਹਨੇ ਜਿੱਤਲੇ ਹੈਗੇ ਉਹ ਬਹੁਤ ਹੀ ਤਾਖਤ ਵریہ ਅਹੀਓ ਦੇ ਸਾਹਮਣੇ ਨਹੀਂ ਖਲੋ ਸਕਦੇ ਇਸ ਕਰਕੇ ਦਾਵਿੱਦ ਨੂੰ ਸ਼ਾਉਲ ਰਾਜਾ ਆਂਦਾ ਕਿ ਜਾ ਬੱਚੇ ਆਪਣੇ ਘਰ ਜਾ ਨਹੀਂ ਤੇ ਜੇ ਤੂੰ ਅਦਨਾ ਯੁੱਧ ਕਰਨੋਂ ਆਤੀ ਜਾਏਂਗਾ ਤੇ ਉਹਨੇ ਤੈਨੂੰ ਵੀ ਮਾਰ ਦੇਣਾ ਵਾ ਓ ਪੈਣਰ ਭਰਾ ਸ਼ਾਉਲ ਰਾਜੇ ਨੇ ਬੜੇ ਪਿਆਰ ਦੇ ਨਾਲ ਦਾਵਿੱਦ ਨੂੰ ਸਮਝਾਇਆ ਕਿ ਤੂੰ ਅਦਨਾ ਨਹੀਂ ਲੜ ਸਕਦਾ ਉਹ ਬਚਪਨ ਤੋਂ ਹੀ ਵੀਰ યોਧਾ ਵਾ ਕਈ ਲੜਾਈਆਂ ਉਹਨੇ ਲੜੀਆਂ ਵਾਂ ਪਰ ਤੂੰ ਤੇ ਇੱਕ ਛੋਟੇ ਜਿਹੇ ਪੇਡਾਂ ਦਾ ਚਰਵਾਹਾ ਵਾਂ ਤੂੰ ਉਹਦੇ ਨਾਲ ਨਹੀਂ ਲੜ ਸਕਦਾ ਉਹ ਪੈਣਾ ਪਰੋ ਨਹੀਂ ਲੜ ਸਕਦਾ ਫਿਰ ਦਾਵੇ ਦਾ ਜਦੋਂ ਮੈਂ ਆਪਣੇ ਪਿਤਾ ਦੀਆਂ ਪੇਡਾਂ ਨੂੰ ਚਰਾਉਂਡਿਆਂ ਹਾਂ ਚਰਾਉਂਡਿਆਂ ਹਾਂ ਇੱਕ ਦਿਨ ਉਹ ਦਿਨ ਇੱਕ ਸ਼ੇਰ ਆਇਆ ਔਰ ਕਦੀ ਕਦੀ ਬਾਲੂ ਦਾ ਵੀ ਮੈਂ ਸਾਹਮਣਾ ਕੀਤਾ ਵਗਾ ਇੱਕ ਦਿਨ ਇੱਕ ਸ਼ੇਰ ਆ ਕੇ ਮੇਮਨੇ ਨੂੰ ਚੁੱਕ ਕੇ ਲੈ ਗਿਆ ਹੈਗਾ ਪਰ ਮੈਂ ਜਾ ਕੇ ਉਹਦਾ ਪਿੱਛਾ ਕੀਤਾ ਸ਼ੇਰ ਦਾ ਔਰ ਸ਼ੇਰ ਦਾ ਸਾਹਮਣਾ ਕੀਤਾ ਔਰ ਸ਼ੇਰ ਨੂੰ ਔਰ ਮੈਂ ਸ਼ੇਰ ਨੂੰ ਮਾਰ ਕੇ ਆਪਣੇ ਮੇਮਨੇ ਨੂੰ ਬਚਾ ਕੇ ਲੈ ਕੇ ਆਇਆ ਹਾਂ ਕਦੇ-ਕਦੇ ਭੱਲੂ ਵੀ ਆ ਕੇ ਹਮਲਾ ਕਰਦਾ ਹੈਗਾ ਮੇਰੇ ਝੁੰਡ ਤੇ ਮੈਂ ਉਹਦਾ ਵੀ ਸਾਹਮਣਾ ਕੀਤਾ ਆਪਣੇ ਆਪਣੇ ਮੇਮਨਿਆਂ ਨੂੰ ਆਪਣੇ ਪੇਡਾਂ ਦੀ ਮੈਂ ਰਖਵਾਲੀ ਕੀਤੀ ਮੈਂ ਉਹਨਾਂ ਨੂੰ ਮਾਰ ਕੇ ਆਪਣੇ ਪੇਡਾਂ ਦੀ ਰਖਵਾਲੀ ਕੀਤੀ ਜਿਹੜਾ ਮੈਨੂੰ ਛੇੜ ਤੋਂ ਔਰ ਪਾਲੂ ਤੋਂ ਬਚਾ ਸਕਦਾ ਵਗਾ ਉਹ ਪਰਮੇਸ਼ਵਰ ਜਿਹੜਾ ਵਾ ਮੇਰੇ ਨਾਲ ਹੈਗਾ ਜਦੋਂ ਮੈਂ ਗੋਲੀਆਂ ਦੇ ਦੇ ਨਾਲ ਲੜੂੰਗਾ ਤੇ ਗੋਲੀਆਂ ਤੋਂ ਵੀ ਉਹ ਮੈਨੂੰ ਹੀ ਬਚਾ ਸਕਦਾ ਵਾ ਮੇਰਾ ਪਰਮੇਸ਼ਵਰ ਉੱਦਣ ਮੇਰੇ ਨਾਲ ਹੀਗਾ ਜਿਦਨ ਮੈਂ ਸ਼ੇਰ ਦਾ ਨਾ ਔਰ ਬਾਲੂ ਦਾ ਸਾਹਮਣਾ ਕੀਤਾ ਹੈਗਾ ਅੱਜ ਮੈਂ ਗੋਲੀਯਾਦ ਦੇ ਨਾਲ ਲੜੂੰਗਾ ਤੇ ਅੱਜ ਪਰਮੇਸ਼ਵਰ ਵੀ ਮੇਰੇ ਨਾਲ ਹੋਏਗਾ ਔਰ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਉਹ ਪੈਨਰ پرو ਭਜਨ ਸਹਿਤਾ ਜੁਦੋਈ ਪੰਨੇ ਹੈਗੇ 56 ਔਰ ਉਹਦਾ ਤਿੰਨ ਵਚਨ ਵਿੱਚ ਲਿਖਿਆ ਵਾ ਜਿਸ ਸਮੇਂ ਮuje ਡਰ ਲੱਗੇਗਾ ਮੈਂ तुझ पर भरोसा रखूंगा दाविद ਸ਼ਾਉਲ ਰਾਜੇ ਨੂੰ ਅਖੰਡਿਆਵਾ ਜਿੱਦਣ ਮੈਂ ਡਰੂੰਗਾ ਉਦਣ ਮੈਂ ਪਰਮੇਸ਼ਵਰ ਦੇ ਉਤੇ ਭਰੋਸਾ ਰੱਖਣਾ ਮੈਂ ਜਿਸ ਸਮੇਂ ਮੈਨੂੰ ਡਰ ਲੱਗੇਗਾ ਮੈਂ ਮੈਂ तुझ पर भरोसा रखूंगा ਪਰਮੇਸ਼ਵਰ ਨੂੰ ਆਂਦਾ ਜਦੋਂ ਮੈਨੂੰ ਡਰ ਲੱਗਦਾ ਵਾ उदो मैं परमेश्वर देवते और ज्यादा विश्वास करना वहां परमेश्वर की सहायता से और उसके वचन से मैं उसकी प्रशंसा करूँगा परमेश्वर पर भरोसा रखूंगा मैं ना डरूँगा कोई प्राणी मेरा ਕਿਆ ਕਰ ਸਕਤਾ ਹੈ ਮੈਂ ਪਰਮੇਸ਼ਵਰ ਦੇਤੇ ਵਿਸ਼ਵਾਸ ਰੱਖੂਗਾ ਕਿ ਪਰਮੇਸ਼ਵਰ ਮੇਰੇ ਨਾਲ ਆ ਜਦੋਂ ਪਰਮੇਸ਼ਵਰ ਮੇਰੇ ਨਾਲ ਆ ਤੇ ਮੈਨੂੰ ਕਿਸ ਦੇ ਨਾਲ ਵੀ ਕਿਸ ਪ੍ਰਾਣੀ ਦੇ ਨਾਲ ਵੀ ਡਰਨ ਦੀ ਮੈਨੂੰ ਕੋਈ ਲੋੜ ਨਹੀਂ ਆਗੀ वचन 11 ਵਿੱਚ ਫਿਰ ਤੋਂ ਦਾਵਿਦ ਆਂਦਾ ਵਗਾ ਮੈਂ ਮੈਂ ਪਰਮੇਸ਼ਵਰ ਪਰ ਭਰੋਸਾ ਰੱਖੂਗਾ ਔਰ ਨਾ ਡਰੂਗਾ ਮਨੁਸ਼ ਮੇਰਾ ਕਿਆ ਬਿਗਾੜ ਸਕਤਾ ਹੈ ਫਿਰ ਤੋਂ ਦਾਵਿੱਦ ਸ਼ੌਲ ਰਾਜੇ ਨੂੰ ਅੰਦਾਵਾ ਪਰਮੇਸ਼ਵਰ ਦੇ ਉਤੇ ਮੈਂ ਭਰੋਸਾ ਰੱਖਿਆ ਵਗਾ ਹੁਣ ਮੇਰਾ ਮਨੁष्य ਕੀ ਵਗਾੜ ਸਕਦਾ ਵਾ ਓ ਪੈਣ ਔਰ ਭਰਾਓ ਦਾਵਿੱਦ ਸ਼ਾਹਲ ਰਾਜੇ ਨੂੰ ਦੱਸਣ ਦਿਆ ਵਾ ਕਿ ਜਦੋਂ ਪਰਮੇਸ਼ਵਰ ਮੇਰੇ ਨਾਲ ਆ ਤੇ ਇੱਕ ਇਨਸਾਨ ਇੱਕ ਮਨੁੱਖ ਮੇਰਾ ਕੀ ਕਰ ਸਕਦਾ ਵਾ ਮੇਰਾ ਪਰਸਾਤੇ ਮੇਰੇ ਪਰਮੇਸ਼ਵਰ ਤੇ ਆ ਜਿਨਨੇ ਭੂਮੀ ਆਕਾਸ਼ ਨੂੰ ਬਨਾਇਆ ਵਾ ਓ ਪੈਣ ਔਰ ਭਰਾਓ ਜੇਥੇ ਦਾਵਿੱਦ ਦੇ ਬੋਲ ਓ ਪੈਣ ਔਰ ਭਰਾਓ ਬੜਾਈ ਸਹਾਸੀ ਥਾ ਬੜਾਈ ਵਿਸ਼ਵਾਸ ਰੱਖਦਾ ਹੈਗਾ ਦਾਵਿੱਦ ਪਰਮੇਸ਼ਵਰ ਦੇਤੇ ఓਪਨਰ ਕਾਓ ਅੱਜ ਪਰਮੇਸ਼ਵਰ ਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਣ ਡਿਆ ਵਾ ਸਾਡਾ ਕਿਤਰਾ ਦਾ ਵਿਸ਼ਵਾਸ ਆ ਅਹੀ ਪਰਮੇਸ਼ਵਰ ਦੇਤੇ ਕਿਤਰਾ ਵਿਸ਼ਵਾਸ ਕਰਨੇ ਆ ਜਦੋਂ ਕਦੀ ਕਦੀ ਅਹੀ ਪਰਮੇਸ਼ਵਰ ਦੇ ਕੰਮ ਕਰਨ ਵਾਤੀ ਤਿਆਰ ਹੋ ਜਨਨੇ ਆ ਤਿਆਰੀ ਵੀ ਕਰ ਲੈਨੇ ਆ ਔਰ ਜਾ ਕੇ ਪਰਮੇਸ਼ਵਰ ਦਾ ਕੰਮ ਕਰਨ ਲਈ ਸ਼ੁਰੂ ਕਰ ਦਿੰਨੇ ਆ ਕਦੀ ਕਦੀ ਲੋਕੀ ਸਾਡੇ ਕੋਲ ਆਉਂਦੇ ਆ ਔਰ ਸਾਨੂੰ ਕਹਿੰਦੇ ਆ ਕਿ ਨਹੀਂ ਇਹ ਤੂੰ ਨਹੀਂ ਕਰ ਸਕਦਾ ਇਹ ਤੇਰੇ ਵਸਦਾ ਨਹੀਂ ਆ ਤੇਰ ਕੋਏ ਨਹੀਂ ਹੋਣਾ ਕਿਉਂਕਿ ਜੋ ਤੂੰ ਕੰਮ ਕਰਨਾ ਵਾ ਇਹਦਾ ਤੈਨੂੰ ਅਨੁਭਵ ਨਹੀਂ ਆ ਤੇਰ ਤੋਂ ਪਹਿਲੋ ਕਈ ਲੋਕੀ ਆ ਗਏ ਆ ਔਰ ਡਰ ਕੇ ਚਲ ਗਏ ਆਗੇ ਉਹ ਪੈਣ ਔਰ ਪਰਾਉ ਲੋਕੀ ਇਤਨਾ ਗੱਲਾਂ ਕਹਿ ਗਏ ਕਿ ਜਿਹੜਾ ਆਦਮੀ ਪਰਮੇਸ਼ਵਰ ਦਾ ਕੰਮ ਕਰਨ ਵਾਲੀ ਅੱਗੇ ਵੱਧਦਾ ਪਰ ਲੋਕੀ ਉਹਨਾਂ ਨੂੰ ਜਦੋਂ ਕੋ ਕਹਿੰਦੇ ਆ ਕਿ ਨਾ ਕਰ ਇਹ ਤੇਰੇ ਵਸਦਾ ਨਹੀਂ ਆ ਤੋ ਦੋ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਤੋਂ ਕਈ ਲੋਕੀ ਆਪਣੇ ਕੰਮ ਨੂੰ ਔਰ ਪਰਮੇਸ਼ਵਰ ਦੇ ਕੰਮ ਨੂੰ ਛੱਡ ਕੇ ਪਿੱਛੇ ਹੋ ਜਾਂਦੇ ਆ ਉਹ ਪੈਨਰ ਪਰ ਦਾਵਿੱਦ ਇਸ ਤਰ੍ਹਾਂ ਦਾ ਨਹੀਂ ਹੀਗਾ ਦਾਵਿੱਦ ਨੇ ਕਿਸ ਦੀ ਗੱਲ ਵੀ ਨਹੀਂ ਹੀ ਸੁਣੀ ਦਾਵਿੱਦ ਨੇ ਆਖਿਆ ਸ਼ਾਉਲ ਨੂੰ ਆਖਿਆ ਕਿ ਜਦੋਂ ਮੈਂ ਆਪਣੀ ਪੇਢਾਂ ਦੀ ਰਖਵਾਲੀ ਕਰਨਾ ਹਾਂ ਤੇ ਸ਼ੇਰ ਆ ਕੇ ਮੇਰੇ ਮੇਮਨੇ ਨੂੰ ਚੁੱਕ ਕੇ ਲੈ ਗਿਆ ਹੈਗਾ ਪਰ ਮੈਂ ਸ਼ੇਰ ਦਾ ਪਿੱਛਾ ਕੀਤਾ ਸ਼ੇਰ ਨੂੰ ਮਾਰ ਕੇ ਆਪਣੇ ਮੇਮਨੇ ਨੂੰ ਬਚਾ ਕੇ ਲੈ ਕੇ ਆਇਆ ਵਾਂ ਉਹ ਪੈਣੋ ਔਰ ਪ੍ਰਾਉ ਇਨਾ ਵਿਸ਼ਵਾਸ ਜਿਹੜਾ ਹੈ ਦਾਵਿਦ ਦਾ ਹੈਗਾ ਔਰ ਜੇ ਕਿਤੇ ਇੱਕ ਵਾਰੀ ਸੋਚ ਕੇ ਵੇਖੋ ਕਿ ਸ਼ੇਰ ਆਉਂਦਾ ਮੇਮਨੇ ਨੂੰ ਚੁੱਕ ਕੇ ਲੈ ਜਾਂਦਾ ਔਰ ਉਹਦੇ ਨਾਲ ਇੱਕ ਦੋਸਤ ਦੇ 다ਵਿੱਦ ਦੇ ਨਾਲ ਹੁੰਦਾ ਤੇ 다ਵਿੱਦ ਆਂਦਾ ਚਾਲਾ ਚਲੀਏ ਜਾ ਕੇ ਮੈਮਨੇ ਨੂੰ ਬਚਾ ਕੇ ਲੈ ਕੇ ਆਉਨੇ ਆ ਸ਼ੇਰ ਕੋ ਤੇ ਪਤਾ ਦੋਸਤਾਂ ਨੇ ਕੀ ਕਹਿਣਾ ਹੈਗਾ ਨਾ ਭਰਾ ਉਥੇ ਨਾ ਜਾਈਂ ਉਹ ਸ਼ੇਰ ਆਗਾ ਸ਼ੇਰ ਔਰ ਬਾਲੂ ਬੜੇ ਹੀ ਖਤਰਨਾਕ ਹੁੰਦੇ ਆ ਇਹਨਾਂ ਦੇ ਸਾਹਮਣੇ ਅਸੀਂ ਜਾਵਾਂਗੇ ਤੇ ਇਹਨਾਂ ਨੇ ਸਾਨੂੰ ਵੀ ਮਾਰ ਕੇ ਤੇ ਖਾ ਲੈਣਾ ਵਗਾ ਅਹੀਂ ਨਹੀਂ ਜਾਂਦੇ ਗਿਆ ਤੇ ਗਿਆ ਇੱਕ ਮੇਮਣਾ ਫਿਰ ਕੀ ਹੋ ਗਿਆ ਇੱਕ ਹੋਰ ਲੱਲਾਂਗੇ ਚੱਲ ਚੱਲ ਤੂੰ ਘਰ ਚੱਲ ਆਪਣੀ ਜਾਨ ਬਚਾਈਏ ਅਹੀਂ ਐਹੋ ਜੀ ਸੋਚ ਰੱਖਨੇ ਆ ਔਰ ਐਹੋ ਜੀ ਸਲਾਹ ਜਿਹੜੀ ਆ ਲੋਕਾਂ ਨੂੰ ਦਿੰਨੇ ਆ ਪਰ ਪਰਮੇਸ਼ਵਰ ਦਾ ਧੰਨਵਾਦ ਹੋਏ ਕਿ ਜਦੋਂ ਸ਼ੇਰ ਆਕੇ ਉਹ ਮੇਮਨੇ ਨੂੰ ਚੁੱਕ ਕੇ ਲੈ ਗਿਆ ਹੀਗਾ ਤੇ ਦਾਵਿੱਦ ਦੇ ਨਾਲ ਇਹੋ ਜੇ ਕੋਈ ਦੋਸਤ ਨਹੀਂ ਹੀ ਗਏ ਦਾਵਿੱਦ ਦੇ ਨਾਲ ਕੋਈ ਇਹੋ ਜਿਹਾ ਲੋਕ ਨਹੀਂ ਹੀ ਗਏ ਜਿਹੜੇ ਦਾਵਿੱਦ ਨੂੰ ਦੱਸ ਸਕੇ ਦਾਵਿੱਦ ਉਹ ਕੱਲਾ ਹੀਗਾ ਉਹਨੇ ਕੱਲਾ ਹੀ ਨੇ ਪਰਮੇਸ਼ਵਰ ਦਿੱਤੇ ਪਰੋਸਾ ਕੀਤਾ ਹੀਗਾ ਕਿ ਪਰਮੇਸ਼ਵਰ ਮੇਰੇ ਨਾਲ ਆ ਪਰਮੇਸ਼ਵਰ ਮिन्नੂ ਔਰ ਮੇਰੇ ਮੇਮਨੇ ਨੂੰ ਵੀ ਬਚਾਊਗਾ ਉਹ ਪੈਣਾ ਔਰ ਭਾਉ ਕਦੀ ਕਦੀ ਆਈ ਸੋਚਨੇ ਆ ਕਿ ਲੋਕ ਕਿ ਹਾਨੂੰ ਆਕੇ ਇਨਕ੍ਰੇਜ ਕਰਨ ਲੋਕੀ ਆਨ ਨੂੰ ਆ ਕੇ ਸਾਡੀ ਸ਼ਾਬਾਸ਼ੀ ਦੇ ਲੋਕੀ ਆ ਕੇ ਅਨੁੱਖਣ ਕੀ ਇਹ ਕੰਮ ਕਰ ਇਹ ਕੰਮ ਬੜਿਆ ਵਧੀਆ ਵਾ ਇਹ ਕੰਮ ਦੇ ਉੱਤੇ ਬੜੀ ਸਫਲਤਾ ਮਿਲਦੀ ਆ ਹੋ ਪੈਣ ਔਰ ਭਰਾਓ ਕਦੀ ਕਦੀ ਲੋਕਾਂ ਦੇ ਉੱਤੇ ਅਸੀਂ ਪਰੋਸਾ ਕਰਨੇ ਆਗੇ ਪਰ ਹੀ ਪਰਮੇਸ਼ਵਰ ਦੇ ਵਚਨ ਤੇ ਪਰੋਸਾ ਨਹੀਂ ਕਰਦੇ ਹੋ ਪੈਣ ਔਰ ਭਰਾਓ ਪਰਮੇਸ਼ ਜਦੋਂ ਹੀ ਦਹਾ ਦਸਾਂ 10 ਜਾਣਿਆਂ ਦਾ ਦੇ ਨਾਲ ਗੱਲ ਕਰਨੇ ਆ 10 ਜਾਣਿਆਂ ਦੇ 10-10 ਆਈਡੀ ਹੁੰਦੇ ਆਗੇ ਪਰ ਸਾਰੇ ਦੇ ਸਾਰੇ ਪਤਾ ਨਹੀਂ ਕਿ ਉਹਦੇ ਵਿੱਚੋਂ ਸੈਕਸਸ ਕਿੰਨੇ ਹੁੰਦੇ ਆ ਉਹ ਪੈਣੋਰ ਭਰਾਓ ਹਾਨੂੰ ਵਿਸ਼ਵਾਸ ਜੜਾਵਾ ਦਸਾਂ ਲੋਕਾਂ ਦੇ ਉੱਤੇ ਨਹੀਂ ਰੱਖਣਾ ਕਿ ਲੋਕੀ ਕੀ ਕਹਿੰਦੇ ਆ ਹਾਨੂੰ ਵਿਸ਼ਵਾਸ ਤੇ ਪਰਮੇਸ਼ਵਰ ਦੇ ਉਤੇ ਰਖਣਾਵਾ ਉਹਦੇ ਬਚਨ ਤੇ ਰਖਣਾਵਾ ਉਹ ਪੈਣ ਔਰ ਭਰੋ ਪਰਮੇਸ਼ਵਰ ਦੇ वचन ਦੇ ਉਤੇ ਪਰਮੇਸ਼ਵਰ ਦੇ ਉਤੇ ਵਿਸ਼ਵਾਸ ਕੀਤਾ 다ਵਿਦ ਨੇ ਐਸ ਕਰਕੇ ਉਹਨੇ ਕਿਸ ਦੀ ਗੱਲ ਨਹੀਂ ਸੁਣੀ ਸਿਰਫ ਪਰਮੇਸ਼ਵਰ ਦੇ ਸਵਰਨ ਨੂੰ ਸੁਣਿਆ ਹੀਗਾ ఓ ਪੈਨਰ ਪ੍ਰੋ ਕਿੰਨੇ ਪਿਆਰ ਦੇ ਨਾਲ ਸਮਝਾਇਆ ਹੀਗਾ ਸ਼ਾਉਲ ਨੇ ਦਾਵਿਦ ਨੂੰ ਕਿ ਨਾ ਜਾ ਉਹ ਨਾਲ ਯੁੱਧ ਕਰਨ ਵਾਤੀ ਕਿਉਂਕਿ ਉਹ ਵੀਰ ਯੋਧਾ ਵਾ ਗੋਲੀਆਥ ਬਚਪਨ ਤੋਂ ਹੀ ਉਹ ਯੁੱਧ ਕਰਦਾ ਆਇਆ ਵਾ ਕਈ ਯੋਧੋਂ ਨੇ ਜਿੱਤ ਲਿਆਗੇ ਪਰ ਦਾਵਿਦ ਨੇ ਉਹ ਗੱਲਾਂ ਨੂੰ ਸੁਣ ਕੇ ਡਰਿਆ ਨਹੀਂਗਾ ਉਹ ਆਂਦਾ ਹੀ ਮੇਰਾ ਪਰਮੇਸ਼ਵਰ ਤੇ ਮੇਰੇ ਨਾਲ ਆਗਾ ਕਦੀ ਕਦੀ ਆਹੀ ਵੀ ਪਰਮੇਸ਼ਵਰ ਦਾ ਕੋਈ ਕੰਮ ਕਰਨ ਵਾ ਤੇ ਸ਼ੁਰੂ ਕਰਨੇ ਆ ਪਰ ਕਦੀ ਕਦੀ ਸਾਹਮਣੇ ਬੰਦੇ ਨੂੰ ਵੇਖ ਕੇ ਜਾਂ ਮੁਸੀਬਤਾਂ ਨੂੰ ਵੇਖ ਕੇ ਜਾਂ ਤੇ ਕੋਈ ਜਿਆਦਾ ਤਾਕਤਵਰ ਆ ਵੇਖ ਕੇ उद को ही डर जाने और पिछे हट जाने और भुल जाने कि मेरा परमेश्वर सच्चा परमेश्वर या, मेरा परमेश्वर तो मेरे नाल ओ भैनों और भरा पर दाविद ने विश्वास किया कि मेरा परमेश्वर मेरे नाल या गा। जो शाउल ने उन्हें दसिया कि मेरे परमेश्वर मेरा नाल या, मैं पर मनुष्य मेरा की कर सकता वा मानव मेरा ਕੀ ਵਗੜ ਸਕਦਾ ਵਾ ਜਦੋਂ ਸ਼ਾਉਲ ਨੂੰ ਦਾਵਿੱਦ ਨੇ ਦੱਸਿਆ ਇਤਰਾ ਤੇ ਸ਼ਾਉਲ ਰਾਜਾ ਆਂਦਾ ਚਲ ਠੀਕਿਆ ਤੂੰ ਜਾ ਕੇ ਯੁੱਧ ਕਰ ਉਹ ਪੈਨਰ ਪਾਉ ਜਦੋਂ ਯੁੱਧ ਕਰਨ ਵਾਤੇ ਦਾਵਿੱਦ ਨੂੰ ਕਲਾਇਆ ਹੈਗਾ ਸ਼ਾਉਲ ਰਾਜੇ ਨੇ ਆਪਣਾ ਯੁੱਧ ਦਾ ਜਿਹੜਾ ਵਸਤਰ ਹੀ ਗਏ ਉਹ ਦਾਵਿੱਦ ਨੂੰ ਪਹਿਨਾਏ ਹੀ ਉਹਨੇ ਲੋਵੇ ਦੀ ਟੋਪੀ ਕਵਚ ਬਾਡੀ ਦੇ ਉੱਤੇ ਕਵਚ ਹੱਥਾਂ ਤੇ ਕਵਚ ਪਾਰਾਂ ਤੇ ਕਵਚ ਦਾਵਿੱਦ ਤੇ ਪਾ ਦਿੱਤੇ ਔਰ ਦਾਵਿੱਦ ਨੂੰ ਇੱਕ ਲੰਮੀ ਜੀ ਵੱਡੀ ਜੀ ਔਰ ਪਾਰੀ ਜੀ ਤਲਵਾਰ ਵੀ ਦੇ ਦਿੱਤੀ ਕਿ ਜਾ ਕੇ ਯੁੱਧਕਾਰੋ ਦੇ ਨਾਲ ਪਰ ਜਦੋਂ ਦਾਵਿੱਦ ਉਹ ਪਾ ਕੇ ਤੁਰਨ ਲੱਗਾ ਤੋਦ ਕੋ ਸੰਭਲਿਆ ਨਹੀਂ ਗਿਆ ਔਰ ਨਾ ਹੀ ਉਹ ਚੁੱਕ ਸਕਿਆ ਕਿਉਂਕਿ ਉਹ ਪਾਰ ਜਿਹੜਾ ਕਵਚ ਆਂਦਾ ਹੈ ਬਹੁਤ ਹੀਗਾ ਕਿਉਂਕਿ ਦਾਵਿੱਦ ਨੂੰ 13 ਔਰ 14 ਸਾਲ ਦੀ ਉਮਰ ਦਾ ਹੀ ਔਰ ਤੇਰ ਦਾਵਿਦਾ ਦਾ ਰਾਜਾ ਮੈਨ ਨੂੰ ਪਾ ਕੇ ਨਹੀਂ ਇੱਕ ਕਦਮ ਵੀ ਤੁਰ ਨਹੀਂ ਸਕਦਾ ਤੇ ਮੈਂ ਬਲਾ ਜਾ ਕੇ ਉਹਨਾਂ ਕਿਤਰਾ ਲੜੂੰਗਾ ਇਸ ਕਰਕੇ ਉਹਨੇ ਸਾਰੇ ਕਵਚ ਆਪਣੀ ਟੋਪੀ ਕਵਚ ਹੱਥਾਂ ਪੈਰਾਂ ਤੋਂ ਸਾਰੇ ਤੋਂ ਆਪਣੇ ਸਰੀਰ ਤੋਂ ਕਵਚ ਵੀ ਉਹਨੇ ਲਾ ਦਿੱਤੇ ਤਲਵਾਰ ਵੀ ਉਹਨੇ ਰੱਖ ਦਿੱਤੀ ਉਹਨੇ ਆਖਿਆ ਕਿ ਮੈਨੂੰ ਕੋਛ ਨਹੀਂ ਕਾ ਚਾਹੀਦਾ ਯੁੱਧ ਕਰਨ ਵਾਤੀ ਉਹ ਪੈਣੋ ਅਨੁਸਾਰ ਇਹਨੂੰ ਪਤਾ ਵਗਾ ਕਿ ਜਦੋਂ ਕੋਈ ਯੁੱਧ ਦੀ ਤਿਆਰੀ ਹੁੰਦੀ ਆ ਤੇ ਬਹੁਤ ਹੀ ਚੰਗੀ ਜੀ ਤਿਆਰੀ ਕਰਦੇ ਆ ਆਪਣੇ ਸਿਰ ਦੇ ਉੱਤੇ ਟੋਪੀ ਪੁੰਦੇ ਆ ਆਪਣੇ ਸਰੀਰ ਦੇ ਉੱਤੇ ਕਵਚ ਪੁੰਦੇ ਆ ਲੋਹੇ ਦਾ ਤਾਂ ਕਿ ਕੋਈ ਵੀ ਤਲਵਾਰ ਜਾਂ ਤੀਰ ਉਹਨਾਂ ਨੂੰ ਨਾ ਲੱਗੇ ਆਪਣੇ ਹੱਥਾਂ ਦੇ ਉੱਤੇ ਔਰ ਆਪਣੇ ਪੈਰਾਂ ਦੇ ਉੱਤੇ ਪੂਰਾ ਆਪਣੇ ਆਪ ਨੂੰ ਕਵਰ ਕਰਕੇ ਫੇਰ ਜਾਂਦੇ ਆ ਯੁੱਧ ਕਰਨ ਵਾਤੀ ਤਾਂ ਕਿ ਉਹ ਕਵਚ ਜੜੀਆ ਉਹਨਾਂ ਦੀ ਰੱਖਿਆ ਕਰੇ ਉਹ ਪੈਨਰ ਪ੍ਰੋ ਦਾਵਿੱਦ ਨੂੰ ਵੀ ਇਹੋ ਹੀ ਕਵਚ ਪਾਏ ਗਏ ਹੀ ਪਰ ਦਾਵਿੱਦ ਨੇ ਉਹ ਕਵਚ ਨੂੰ ਔਰ ਤਲਵਾਰ ਨੂੰ ਦੋਵਾਂ ਨੂੰ ਲਾ ਦਿੱਤਾ ਉਹਨੇ ਆਖਿਆ ਮੈਂ ਇਹ ਨਹੀਂ ਪਾ ਸਕਦਾ ਇਹ ਬੜੇ ਭਾਰੀ ਆਗੇ ਮੈਂ ਇਹਦੇ ਨਾਲ ਚੱਲ ਵੀ ਨਹੀਂ ਸਕਦਾ ਨਾ ਹੀ ਇੱਕ ਕਦਮ ਵਧ ਸਕ ਨਾ ਤੇ ਫਿਰ ਸ਼ਾਹੂਲ ਰਾਜਾਂ ਦਾ ਜੇ ਤੂੰ ਇਹ ਨਾ ਪਾਏਂਗਾ ਤੇ ਯੁੱਧ ਵਿੱਚ ਹਾਰ ਜਾਏਂਗਾ ਉਹਨੇ ਤੈਨੂੰ ਮਾਰ ਦੇਣਾ ਵਾ ਉਹਦੇ ਕੋਲ ਤਲਵਾਰ ਆਗਾ ਬਰ ਭਾਲਾ ਵੀ ਆ ਔਰ ਤੇਰੇ ਤੋਂ ਜ਼ਿਆਦਾ ਯੁੱਧ ਜਾਣਦਾ ਵਗਾ ਇਸ ਕਰਕੇ ਉਹਨੇ ਤੈਨੂੰ ਜਾਂਦੇ ਹੀ ਮਾਰ ਦੇਣਾ ਵਾ ਇੱਕ ਕਵਚ ਨਾ ਲ ਪਰ ਦਾ ਵੀ ਦੰਦਾ ਮੈਨੂੰ ਇਹ ਕਵਚ ਨਹੀਂ ਚਾਹੀਦਾ ਮੈਂ ਨਹੀਂ ਪੋਣਾ ਫਿਰ ਦਾਵਿੱਦ ਸ਼ੇਰ ਸ਼ਾਹੂਲ ਰਾਜਾਂ ਦਾ ਫਿਰ ਤੂੰ ਕਿਤਰਾ ਲੜੇਗਾ ਉਹਦਣਾ ਜਾ ਕੇ ਤੇ ਦਾਵਿਦ ਆਂਦਾ ਦਾਵਿਦ ਆਂਦਾ ਮੈਂ ਉਹਦੇ ਨਾਲ ਲੜੂੰਗਾ ਪਰ ਮੈਂ ਪਰਮੇਸ਼ਵਰ ਦੀ ਸਹਾਇਤਾ ਦੇ ਨਾਲ ਔਰ ਉਹਦੀ ਮਦਦ ਦੇ ਨਾਲ ਲੜੂੰਗਾ ਉਹ ਪੈਣਾ ਪਲਾਤਾਨ ਨੂੰ ਪਤਾ ਵਾ ਜਦੋਂ ਗੋਲੀਆਥ ਨੇ ਨਾਲ ਦਾਵਿਦ ਲੜਨ ਮਾਤੀ ਗਿਆ ਹੈਗਾ ਉਹ ਪਲਾ ਕੀ ਲੈ ਕੇ ਗਿਆ ਹੈਗਾ ਜਿਹੜੇ ਲੱਕੜੀ ਦੇ ਨਾਲ ਉਹ ਪੇਡਾਂ ਦੀ ਰਖਵਾਲੀ ਕਰਦਾ ਹੈ ਚਰਾਉਂਦਾ ਹੈਗਾ ਉਹ ਲੱਕੜੀ ਉਹ ਲਾਠੀ ਆਪਣੇ ਹੱਥ ਵਿੱਚ ਲਈ ਜਿਹੜਾ ਉਹਨੇ ਥੈਲਾ ਆਪਣੇ ਪਾਇਆ ਹੀਗਾ ਜਾ ਕੇ ਛੋਟੇ-ਛੋਟੇ ਜਪੰਜ ਪਥਰਾਂ ਨੂੰ ਲੱਲਿਆ ਔਰ ਆਪਣੀ ਗੁਲੇਲ ਉਹਨੇ ਆਪਣੇ ਹੱਥ ਵਿੱਚ ਫੜ ਲਈ ਫੇਰ ਗਿਆ ਹੀਗਾ ਉਹ ਗੋਲੀਅਤ ਦੇ ਨਾਲ ਲੜਨ ਵਾਤੀ ਉਹ ਪੈਨਰ ਪ੍ਰੋ ਦਾਵਿੱਦ ਇੱਕ लाठी ਲੈ ਕੇ ਪੰਜ ਪੱਥਰ ਲੈ ਕੇ ਛੋਟੇ-ਛੋਟੇ ਔਰ ਆਪਣੀ ਗੁਫਾਨ ਨੂੰ ਲੈ ਕੇ ਯਾਨੀ ਕਿ ਗੁਲੇਲ ਨੂੰ ਲੈ ਕੇ ਗਿਆ ਹੈਗਾ ਗੋਲੀਯਾਤ ਦੇ ਨਾਲ ਲੜਨ ਵਾਹਤੀ オーਪਨਰ ਪ੍ਰੋ اور ਗੋਲੀਯਾਤ ਆਇਆ ਹੀ ਲੜਨ ਵਾਹਤੀ ਆਪਣੇ ਸਿਰ ਦੇ ਉੱਤੇ ਟੋਪੀ ਪਾ ਕੇ ਪਿੱਤਲ ਦੀ ਹੱਥਾਂ ਔਰ ਪੈਰਾਂ ਦੇ ਵਿੱਚ ਕਵਚ ਪਾਏ ਹੀ ਉਹਨੇ ਪਿੱਤਲ ਦੇ ਆਪਣੀ ਛਾਤੀ ਦੇ ਉੱਤੇ ਵੀ ਉਹਨੇ ਕਵਚ ਪਾਏ ਹੀ ਗਏ ਪਿੱਤਲ ਦੇ ਬੜੇ ਹੀ ਪਾਰੇ ਹੀ ਔਰ ਇਹਦੀ ਇੱਕ ਤਲਵਾਰ ਜਿਹੜੀ ਹੀ ਲੰਮੀ ਤੇ ਚੌੜੀ ਹੀਗੀ ਔਰ ਉਹਦਾ ਇੱਕ ਭਾਲਾ ਵੀ ਹੀਗਾ ਜਿਹੜਾ ਕੋਈ ਹੋਰ ਇੱਕ ਆਦਮੀ ਫੜ ਕੇ ਉਹਦੇ ਅੱਗੇ-ਅੱਗੇ ਤੁਰਦਾ ਹੀ ਪੂਰੀ ਤਿਆਰੀ ਦੇ ਨਾਲ ਗੋਲੀਆਂ ਤਾਇਆ ਹੀਗਾ ਦਾਵਿੱਦ ਦੇ ਨਾਲ ਲੜਨ ਵਾਤੀ ਪਰ ਦਾਵਿੱਦ ਬਿਨਾ ਕਵਚ ਤੇ ਗਿਆ ਹੀ ਇੱਕ लाठी ਲੈ ਕੇ ਪੰਜ ਪੱਥਰ ਨੂੰ ਲੈ ਕੇ ਔਰ ਆਪਣੀ ਗੁਲੇਲ ਨੂੰ ਲੈ ਕੇ ਉਹ ਪੈਨਰ ਪ੍ਰਾਉ ਲੋਕੀ ਹਸਨ ਡਾਪੇ ਕੀਏ ਛੋੜਾ ਜਾ ਮੁੰਡਾ ਭਲਾ ਪੰਜ ਪੱਥਰਾਂ ਦੇ ਨਾਲ ਔਰ ਗੁਲੇਲ ਦੇ ਨਾਲ ਔਰ ਇੱਕ ਲਾਠੀ ਦੇ ਨਾਲ ਐਨੇ ਵੱਡੇ ਆਦਮੀ ਨਾਲ ਕਿਤਰਾ ਲੜੂਗਾ ਉਹ ਪੈਨਰ ਪ੍ਰਾਉ 다ਵਿੱਦ ਨੇ ਵਿਸ਼ਵਾਸ ਜਿਹੜਾ ਹੀਗਾ 다ਵਿੱਦ ਦਾ ਉਹ ਆਪਣੀ ਸ਼ਕਤੀ ਔਰ ਬਲ ਦੇਤੇ ਵਿਸ਼ਵਾਸ ਨਹੀਂ ਹੀਗਾ ਉਹਨੂੰ 다ਵਿੱਦ ਨੂੰ 다ਵਿੱਦ ਨੂੰ ਵਿਸ਼ਵਾਸ ਹੀਗਾ ਪਰਮੇਸ਼ਵਰ ਦੇ ਤੇ ਵਿਸ਼ਵਾਸੀ ਕਿ ਪਰਮੇਸ਼ਵਰ ਮੇਰੇ ਨਾਲ ਆ ਪਰ ਦਾਵੀ ਦਾਂ ਦਾਵਾ ਮੈਂ ਭਰੋਸਾ ਜਿਹੜਾ ਵਾ ਪਰਮੇਸ਼ਵਰ ਦੇ ਉੱਤੇ ਰੱਖੂੰਗਾ ਤੇ ਮਨੁਸ਼ ਮੇਰਾ ਕੀ ਵਿਗਾੜ ਸਕਦਾ ਵਾ ਜਦੋਂ ਮੈਨੂੰ ਜਿਆਦਾ ਡਰ ਲੱਗਦਾ ਵਾ ਉਦੋਂ ਮੈਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਵਾ ਕਿਉਂਕਿ ਪਰਮੇਸ਼ਵਰ ਮੇਰੇ ਨਾਲ ਹੁੰਦਾ ਵਾ ਪਰਮੇਸ਼ਵਰ ਮੈਨੂੰ ਜਿੱਤ ਦੇ ਲਾਊਗਾ ਪਰਮੇਸ਼ਵਰ ਅੱਜ ਉਹ نو ਵੀ ਮੇਰੇ ਹੱਥਾਂ ਤੋਂ ਹਰਾ ਦੂਗਾ ਕਿਉਂਕਿ ਪਰਮੇਸ਼ਵਰ ਜੀਵਿਤ ਪਰਮੇਸ਼ਵਰ ਸ਼ਕਤੀਮਾਨ ਪਰਮੇਸ਼ਵਰ ਜਿਹੜਾ ਵਾ ਮੇਰੇ ਨਾਲ ਆ ਉਹ ਮੇਰੇ ਨਾਲ ਰਹਿ ਕੇ ਯੁੱਧ ਕਰੂਗਾ ਇਸ ਕਰਕੇ ਖਾਲੀ ਹੱਥਾਂ ਦੇ ਨਾਲ ਬਿਨਾਂ ਕਵਸ ਤੋਂ ਇੱਕ ਲਾਠੀ ਤੇ ਪੰਜ ਪੱਥਰ ਤੇ ਗਲੇਲ ਨੂੰ ਫੜ ਕੇ ਗਿਆ ਹੈਗਾ ਦਾਵਿੱਦ ਲੜਨ ਆਹਤੀ ఓਪਨਰ ਪ੍ਰੋ ਦਾਵਿੱਦ ਅੱਜ ਪਰਮੇਸ਼ਵਰ ਹਾਨੂੰ ਇਸ ਵਚਨ ਦੇ ਨਾਲ ਹੱਡ ਨਾਲ ਇੱਕ ਸਵਾਲ ਪੁੱਛਣ ਡਿਆ ਵਗਾ ਜਦੋਂ ਅਸੀਂ ਅੱਗੇ ਜਾਂਦੇ ਆ ਤੇ ਕਈ ਲੋਕੀ ਹਾਨੂੰ ਗੱਲਾਂ ਦੇ ਨਾਲ ਰੋਕਦੇ ਆਗੇ ਪਰ ਕਦੀ ਕਦੀ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਡਰ ਕੇ ਰੁਕ ਜਾਨੇ ਆ ਪਰਮੇਸ਼ਵਰ ਦਾ ਕੰਮ ਕਰਨਵਾਤੀ ਉਹ ਪੈਣ ਔਰ ਭਰਾਓ ਜਦੋਂ ਦਾਵਿੱਦ ਆਂਦਾ ਹੈਗਾ ਕਿ ਮੈਂ ਜਾ ਕੇ ਗੋਲੀਆਦ ਦੇ ਨਾਲ ਲੜੂੰਗਾ ਤੇ ਉਹਦੇ ਭਰਾ ਉਹਨੂੰ ਡਾਟਦੇ ਹੀਗੇ ਕਿ ਤੂੰ ਛੋਟਾ ਜਿਹਾ ਬੱਚਾ ਵਾਂ ਜਾ ਕੇ ਆਪਣੀ ਪੇਡਾਂ ਨੂੰ ਚਰਾ ਤੂੰ ਉਹਦਾ ਗੋਲੀਆਦ ਦੇ ਨਾਲ ਨਹੀਂ ਲੜ ਸਕਦਾ ਪਰ ਉਹਨੇ ਆਪਣੇ ਭਰਾਵਾਂ ਦੀਆਂ ਗੱਲਾਂ ਨੂੰ ਵੀ ਨਹੀਂ ਸੁਣਿਆ ਉਨਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਉਹਨੇ ਆਖਿਆ ਕਿ ਮੈਂ ਲੜੂੰਗਾ ਪਰਮੇਸ਼ਵਰ 와hti ਕਿਉਂਕਿ ਪਰਮੇਸ਼ਵਰ ਮੇਰੇ ਨਾਲ ਆਏਗਾ ਕਦੇ ਕਦੀ ਸਾਡੇ ਵੀ ਪੈਨ ਔਰ ਭਰਾਓ ਜਦੋਂ ਇਹ ਪਰਮੇਸ਼ਵਰ ਦਾ ਕੰਮ ਕਰਨ ਨੂੰ ਆਤੀ ਅੱਗੇ ਜਾਂਦੇ ਆ ਪਰ ਉਹ ਰੋਕਦੇ ਆ ਹਨੂ ਡਾਟਦੇ ਆਗੇ ਪਰ ਇਹ ਉਹਨਾਂ ਦੀ ਡਾਟ ਨੂੰ ਉਹਨਾਂ ਦੇ ਉਹਨਾਂ ਦੀ ਡਾਟ ਨੂੰ ਸੁਣ ਕੇ ਹੀ ਕਦੇ ਕਦੀ ਪਿੱਛੇ ਚੱਲ ਜਾਂਦੇ ਆ ਪਰ ਪੈਨ ਔਰ ਭਰਾਓ ਦਾਵਿੱਦ ਨੇ ਪਰਮੇਸ਼ਵਰ ਦਾ ਕੰਮ ਕੀਤਾ ਆਪਣੇ ਪੈਰਾਂ ਦੀ

ਸਹੀ ਸਮਝਿਆ ఓਪਨਰ ਪ੍ਰੋ ਜਦੋਂ ਰਾਜੇ ਨੇ ਆਖਿਆ ਚੰਗੀ ਤਰ੍ਹਾਂ ਉਹਨੂੰ ਸਮਝਾਇਆ ਕਿ ਵੇਖ ਗੋਲੀਆ ਤੇ ਜਿਹੜਾ ਵਾ ਲੜਾਕੂ ਵਾ ਬਚਪਨ ਤੋਂ ਹੀ ਲੜਦਾ ਆਇਆ ਵਗਾ ਕਈ ਯੁੱਧ ਨੇ ਜਿੱਤ ਲਿਆ ਔਰ ਤੇਰ ਤੋ ਲੰਮਾ ਔਰ ਚੌੜਾ ਵਗਾ ਜਾ ਤੂੰ ਆਪਣੇ ਘਰ ਵਾਪਸ ਚੱਲ ਜਾ ਦਾਵਿਦ ਨੂੰ ਜਿਹੜਾ ਸਮਝਾਇਆ ਹੈਗਾ ਦਾਵਿਦ ਗੋਸ਼ਾਉਲ ਦੀਆਂ ਗੱਲਾਂ ਨੂੰ ਸੁਣ ਕੇ ਡਰਿਆ ਨਹੀਂਗਾ ਕਿ ਸ਼ਾਉਲ ਮੈਨੂੰ ਇਤਰਾ ਕੇ ਆਂ ਡਿਆ ਹੈਗਾ ਔਰ ਜਿੰਨਾ ਡਰਦਾ ਹੈਗਾ ਉਨਾਂ ਹੀ ਉਹ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹਨੇ ਸ਼ਾਉਲ ਦੀਆਂ ਗੱਲਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਔਰ ਪਰਮੇਸ਼ਵਰ ਦੇਤੇ ਭਰੋਸਾ ਕੀਤਾ ਕਿ ਮੈਂ ਜਾ ਕੇ ਲੜੂੰਗਾ ਗੋਲੀਆਦ ਦੇ ਨਾਲ ਉਹ ਪੈਨਰ ਪਰਾਓ ਜਦੋਂ ਗੋਲੀਆਦ ਦੇ ਨਾਲ ਲੜਨ ਵਾਹਤੀ ਗਿਆ ਉਹਨੂੰ ਕਵਚ ਜਦੋਂ ਪੋਆ ਪੋਆਇਆ ਗਿਆ ਉਹਨੇ ਕਵਚ ਵੀ ਲਾ ਦਿੱਤਾ ਉਹਨੇ ਆਖਿਆ ਕਿ ਮੈਨੂੰ ਕਵਚ ਦੀ ਕੋਈ ਲੋੜ ਨਹੀਂ ਅਗੀ ਪਰਮੇਸ਼ਵਰ ਮੇਰੇ ਨਾਲ ਆ ਪਰਮੇਸ਼ਵਰ ਮੈਨੂੰ ਅੱਜ ਜਿੱਤ ਦਿਲਾਊਗਾ ਇਹ ਪਲਸਤੀ ਗੋਲੀਆਦ ਦਾ ਸੇ ਰਾਜ ਮੈਂ ਵੱਢ ਦੂੰਗਾ ਕਿਉਂਕਿ ਮੈਂ ਨਹੀਂ ਕਰੂੰਗਾ ਇਹ ਮੇਰਾ ਪਰਮੇਸ਼ਵਰ ਮੇਰੇ ਨਾਲ ਹੋ ਕੇ ਉਹ ਕਰਊਗਾ ਪਰਮੇਸ਼ਵਰ ਦੀ ਹੀ ਮਹਿਮਾ ਹੋਏ ਓ ਪੈਨਰ ਪ੍ਰੋ ਦਾਵਿੱਦ ਦੇ ਵਚਨ ਤੋਂ ਦਾਵਿੱਦ ਦੀ ਕਹਾਣੀ ਤੋਂ ਹਨੂ ਇਹ ਪਤਾ ਲੱਗਦਾ ਵਾ ਕਿ ਹਨੂ ਲੋਕਾਂ ਦੀਆਂ ਗੱਲਾਂ ਨੂੰ ਜਿਹੜੀਆਂ ਹਨੂ ਪਿੱਛੇ ਖਿੱਚਦੀਆਂ ਵਾਂ ਉਨੂੰ ਨਜ਼ਰਅੰਦਾਜ਼ ਕਰਨਾ ਪਾਊਗਾ ਫਿਰ ਹੀ ਜਾ ਕੇ ਪਰਮੇਸ਼ਵਰ ਦਾ ਕੰਮ ਕਰ ਸਕਨੇ ਆ ਜੇ ਕਿਤੇ ਰਾਜਾ ਦੀ ਗੱਲਾਂ ਨੂੰ ਸੁਣ ਕੇ ਦਾਵਿਦ ਡਰ ਕੇ ਕਾਰਚਲ ਜਾਂਦਾ ਤੇ ਅੱਜ ਕੁਝ ਹੋਰ ਹੋਣਾ ਹੀ ਜੇ ਆਪਣੇ ਭਰਾਵਾਂ ਦੀਆਂ ਡਾਟਾ ਨੂੰ ਸੁਣ ਕੇ ਡਰ ਕੇ ਕਾਰਚਲ ਜਾਂਦਾ ਤੇ ਫਿਰ ਕੁਝ ਹੋਰ ਹੋਣਾ ਹੈਗਾ ਜੇ ਯੁੱਧ ਕਰਦੇ ਸਮੇ ਉਹ ਆਂਦਾ ਕਿ ਮੈਨੂੰ ਵੀ ਤਲਵਾਰ ਮੈਨੂੰ ਵੀ ਭਾਲਾ ਦੋ ਫਿਰ ਮੈਂ ਜਾ ਕੇ ਯੁੱਧ ਕਰੂੰਗਾ ਤੇ ਭਾਏ ਪੈਣ ਹੋਰ ਭਾਓ ਫਿਰ ਵੀ ਕੁਝ ਹੋਰ ਹੋਣਾ ਹੈਗਾ ਉਹ ਪੈਣ ਹੋਰ ਭਾਓ ਪਰਮੇਸ਼ਵਰ ਦੇ ਉੱਤੇ ਉਹਨੇ ਪੂਰਾ ਵਿਸ਼ਵਾਸ ਕੀਤਾ ਦਾਵਿਦ ਨੇ ਕਿ ਮੈਂ ਉਹਨੂੰ ਹਰਾ ਦੂੰਗਾ ਪਰਮੇਸ਼ਵਰ ਮੇਰੇ ਨਾਲ ਆਏਗਾ ਸਿਰਫ ਪੰਜ ਪੱਥਰ ਤੇ लाठी ਤੇ ਗਲੇਲ ਲੈ ਕੇ ਗਿਆ ਹੈਗਾ ਗੋਲੀਅਤ ਦੇ ਨਾਲ ਲੜਨ ਵਾਹਤੀ ਵਿਸ਼ਵਾਸ ਦੇ ਨਾਲ ਕਿ ਪਰਮੇਸ਼ਵਰ ਮੇਰੇ ਨਾਲ ਆਗਾ ਉਹ ਪੈਣਾ ਪਰੋ ਅੱਜ ਪਰਮੇਸ਼ਵਰ ਇਸ वचन ਦੇ ਨਾਲ ਹੱਡ ਨਾਲ ਗੱਲ ਕਰਨ ਡਿਆ ਵਾ ਜੇ ਪਰਮੇਸ਼ਵਰ ਤੁਹਾਨੂੰ ਇਸ वचन ਦੇ ਨਾਲ ਗੱਲ ਕਰਦਾ ਵਾ ਤੇ ਆਪਣੇ ਗੋਡਿਆਂ ਤੇ ਬਹਿ ਜਾਓ ਗੋਡਿਆਂ ਤੇ ਬਹਿ ਕੇ ਪ੍ਰਾਰਥਨਾ ਕਰੋ ਔਰ ਮਾਫੀ ਮੰਗੋ ਪਰਮੇਸ਼ਵਰ ਦੇਤੇ ਪਰਮੇਸ਼ਵਰ ਜਦੋਂ ਮੈਂ ਟਾਡੇ ਵਾਹਤੀ ਕੰਮ ਕਰਨ ਵਾਹਤੀ ਅੱਗੇ ਵਧਿਆ ਹਾਂ ਪਰ ਲੋਕਾਂ ਨੇ ਮੈਨੂੰ ਡਰਾ ਦਿੱਤਾ ਮੇਰੇ ਭੈਣ ਭਰਾਵਾਂ ਨੇ ਮੈਨੂੰ ਡਰਾ ਦਿੱਤਾ ਫਿਰ ਮੈਂ ਪਿੱਛੇ ਹੋ ਗਿਆ ਮੈਨੂੰ ਮਾਫ ਕਰ ਦੇ ਮੈਂ ਅੱਜ ਤੋਂ ਕਹਿਦੀਆਂ ਗੱਲਾਂ ਸੁਣ ਕੇ ਨਹੀਂ ਡਰੂੰਗਾ ਮੇਰਾ ਭਰੋਸਾ ਸਿਰਫ ਪਰਮੇਸ਼ਵਰ ਦੇਤੇ ਹੋਗਾ ਜਿਦ ਤਰ੍ਹਾਂ ਦਾਵਿਦ ਨੇ ਪਰਮੇਸ਼ਵਰ ਦੇਤੇ ਵਿਸ਼ਵਾਸ ਕੀਤਾ ਅੱਜ ਮੈਂ ਵੀ ਦਾਵਿਦ ਵਰਗਾ ਵਿਸ਼ਵਾਸ ਕਰੂੰਗਾ ਸਾਰੀਆਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੂੰਗਾ ਮੈਂ ਕਹਿਕੋ ਨਹੀਂ ਡਰੂੰਗਾ ਮੈਂ ਸਿਰ ਪੈਲੋਂ ਪਰਮੇਸ਼ਵਰ ਦਾ ਕੰਮ ਕਰੂੰਗਾ ਜੇ ਪ੍ਰਾਪਨਾ ਤੂੰ ਹੀ ਕਰੋਗੇ ਤੇ ਜਿਤਰਾ ਦਾਵਿੱਦ ਦੇ ਨਾਲ ਪਰਮੇਸ਼ਵਰ ਹੀ ਟਾਡੇ ਨਾਲ ਵੀ ਪਰਮੇਸ਼ਵਰ ਹੀ ਹੋਏਗਾ ਪਰਮੇਸ਼ਵਰ ਇਸ वचन ਦੇ ਨਾਲ ਸਾਨੂੰ ਸਾਰਿਆਂ ਨੂੰ ਆਸ਼ੀਸ਼ ਦੇ ਪਰਮੇਸ਼ਵਰ ਇਸ वचन ਦੇ ਨਾਲ ਸਾਨੂੰ ਉਹ ਆਪਣੀ ਪਵਿੱਤਰ ਆਤਮਾ ਦੇ ਨਾਲ ਪਰੇ ਪਰਮੇਸ਼ਵਰ ਇਸ वचन ਦੇ ਨਾਲ ਸਾਨੂੰ ਦੂਸਰੀਆਂ ਦੀ ਗੱਲਾਂ ਦੇ ਵਿੱਚ ਨਹੀਂ ਪਰਮੇਸ਼ਵਰ ਨੂੰ ਉਤੇ ਵਿਸ਼ਵਾਸ ਕਰਕੇ ਅੱਗੇ ਵਧਣ ਦੀ ਸਹਾਇਤਾ ਤੇ ਮਦਦ ਕਰੇ ਗੋਡ ਬlesਸ ਯੂ